ਇੰਟਰਨੈਸ਼ਨਲ ਪੰਥਕ ਦਲ ਦੇ ਧਾਰਮਿਕ ਵਿੰਗ ਪ੍ਰਧਾਨ ਸੰਤ ਬਾਬਾ ਸਤਨਾਮ ਸਿੰਘ ਜੀ ਵਲੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੜ੍ਹ ਪੀੜਿਤ ਇਲਾਕਿਆਂ ਵਿੱਚ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਨਿਰੰਤਰ ਸੇਵਾ ਕੀਤੀ ਜਾ ਰਹੀ ਹੈ। ਇਸੇ ਲੜੀ ਦੇ ਤਹਿਤ ਬਾਬਾ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਡੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਸ਼ੂਆਂ ਲਈ ਚਾਰਾ ਵੀ ਵੱਖ ਵੱਖ ਥਾਵਾਂ ਤੇ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਵੰਡਿਆ ਗਿਆ ਹੈ। ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਹੋਇਆ ਉਹਨਾਂ ਨੇ ਅੱਗੇ ਦੱਸਿਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਜਿਸ ਤਰ੍ਹਾਂ ਸਾਰੀਆਂ ਸੰਗਤਾਂ ਨੂੰ ਪਤਾ ਹੈ ਕਿ ਪੰਜਾਬ ਭਰ ਦੇ ਵਿੱਚ ਜੋ ਹੜ੍ਹਾਂ ਦੀ ਮਾਰ ਪਈ ਆ, ਫਿਰੋਜ਼ਪੁਰ ਇਲਾਕੇ ਦੇ ਵਿੱਚ, ਲੋਹੀਆਂ ਗਿੱਦੜਵਿੰਡੀ ਇਲਾਕੇ ਦੇ ਵਿੱਚ, ਸੋ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਸਿੰਘ ਸਾਹਿਬ ਗਿਆਨੀ ਜਸਵੀਰ ਸਿੰਘ ਜੀ ਖਾਲਸਾ, ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਦਾਸ ਬਾਬਾ ਸਤਨਾਮ ਸਿੰਘ ਵਲੀਆਂ ਧਾਰਮਿਕ ਵਿੰਗ ਮੁੱਖ ਸੇਵਾਦਾਰ ਪੰਜਾਬ ਬੇਨਤੀ ਕਰਦੇ ਹਾਂ ਕਿ ਇਹਨਾਂ ਪਰਿਵਾਰਾਂ ਦੇ ਜੋ ਡੰਗਰਾਂ ਦੇ ਵਾਸਤੇ, ਪਸ਼ੂਆਂ ਦੇ ਵਾਸਤੇ ਜੋ ਅੱਜ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਸ਼ਾਮ ਸਿੰਘ ਵਾਲਾ ਪਿੰਡ ਤੋਂ ਸਾਡੇ ਗੁਰਬਾ ਸਿੰਘ ਸਰਪੰਚ ਸਾਹਿਬ, ਭਾਈ ਗੁਰਮੇਜ ਸਿੰਘ, ਇਹਨਾਂ ਦੇ ਸਹਿਯੋਗ ਦੇ ਨਾਲ, ਜਿਸ ਤਰ੍ਹਾਂ ਸਾਡੇ ਜ਼ਿਲ੍ਹਾ ਪ੍ਰਧਾਨ ਧਾਰਮਿਕ ਵਿੰਗ ਭਾਈ ਜੋਗਿੰਦਰ ਸਿੰਘ, ਮਲਕੀਤ ਸਿੰਘ ਆਏ ਨੇ, ਇਸੇ ਤਰ੍ਹਾਂ ਸਾਡੇ ਨਾਲ ਰੋਡੇ ਵਾਲਾ ਪਿੰਡ ਤੋਂ ਸਾਬਕਾ ਸਰਪੰਚ ਸਰਦਾਰ ਛਪਾਲ ਸਿੰਘ ਹੁਣੀ ਸਾਡੇ ਨਾਲ ਨੇ, ਸਾਰੀਆਂ ਸੰਗਤਾਂ, ਦਰਸ਼ਨ ਸਿੰਘ ਵਾਘੇ ਵਾਲਾ, ਸਾਰੀਆਂ ਸੰਗਤਾਂ ਸੇਵਾਦਾਰ ਨਾਲ ਸਾਡੇ ਹਾਜ਼ਰ ਨੇ। ਅਸੀਂ ਪਸ਼ੂਆਂ ਦੇ ਵਾਸਤੇ ਜੋ ਫੀਡ ਲੈ ਕੇ ਆਏ ਹਾਂ, ਅੱਜ ਦੇ ਕਿੰਨੇ 50 ਗੱਟੂ ਸੀ, 60 ਗੱਟੂ, 25 ਕਿਲੋ ਭਰਤੀ ਦੇ ਲੈ ਕੇ ਆਏ ਹਾਂ। ਸੋ ਅੱਜ ਅਸੀਂ ਇਹਨਾਂ ਸੰਗਤਾਂ ਨੂੰ ਜਿੱਥੇ ਜਿੱਥੇ ਵੀ ਜ਼ਰੂਰਤਮੰਦ, ਜਿੱਥੇ ਲੋੜ ਆ, ਅਸੀਂ ਉੱਥੇ ਪਿੱਛੇ ਵੀ ਵੰਡ ਕੇ, ਪਿੱਛੇ ਬੱਗੇ ਵਾਲੇ ਪਿੰਡ 'ਚ ਵੰਡ ਕੇ ਆਏ ਜਿਹਨਾਂ ਲੋੜ ਸੀ, ਇੱਥੇ ਵੀ ਹੁਣ ਦੇ ਰਹੇ ਹਾਂ। ਅਤੇ ਜਿਸ ਤਰ੍ਹਾਂ ਅੱਗੇ ਜਾ ਰਹੇ ਹਾਂ, ਅਸੀਂ ਬੇਨਤੀ ਕਰਦੇ ਹਾਂ ਕਿ ਜਿੱਥੇ ਲੋੜ ਅਨੁਸਾਰ ਆ ਉੱਥੇ ਚੀਜ਼ ਪਹੁੰਚਾਈ ਜਾਵੇ। ਕਈ ਮੈਂ ਵੇਖੇ ਜਿਹੜੇ ਕੈਂਪ ਲੱਗੇ ਨੇ, ਬੰਨਾਂ 'ਤੇ ਬੈਠੇ ਨੇ, ਲੈਣ ਵਾਲੇ ਜਿਹੜੇ ਬਹੁਤ ਜ਼ਿਆਦਾ ਨੇ, ਅਸੀਂ ਜਿਹੜੇ ਲੈਣ ਵਾਲੇ ਨੇ ਵਸਤੂ, ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਜਿਹੜੇ ਅੱਗੇ ਵੀ ਵਸਤੂਆਂ ਪਹੁੰਚਣ ਦੇ, ਕਿਉਂਕਿ ਉੱਥੇ ਸਟੋਰ ਨਾ ਕਰੀ ਜਾਓ, ਜਿਹੜੇ ਆਪਣੇ ਅਸਲੀ ਹਾੜਾਂ ਦੀ ਮਾਰ ਪਈ ਜਿਨ੍ਹਾਂ ਨੂੰ, ਉਹਨਾਂ ਤੱਕ ਵੀ ਆਪਾਂ ਰਾਸ਼ਨ ਪਹੁੰਚਣ ਦਈਏ, ਕਿਉਂਕਿ ਹਰੇਕ ਨੂੰ ਮਾਰ ਪਈ। ਅਜੇ ਅੱਜ ਦਾ ਦਿਨ ਨਹੀਂ, ਅਜੇ 6 ਮਹੀਨੇ ਲੱਗਣੇ ਆ, 6 ਮਹੀਨਿਆਂ ਤੱਕ ਜ਼ਰੂਰਤ ਆ। ਸੋ ਜਿਹੜੀਆਂ ਸੰਸਥਾਵਾਂ ਸਾਡੀਆਂ, ਵੱਖ ਵੱਖ ਜਥੇਬੰਦੀਆਂ, ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਭਾਈ ਚੋਣ ਕਰਕੇ ਵੇਖ ਕੇ, ਲੱਭ ਕੇ, ਜਿੱਥੇ ਜ਼ਰੂਰਤ ਆ ਉੱਥੇ ਪਹੁੰਚਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨੰਬਰ ਜਰਾ ਗਾਂਜੀ ਦੱਸੋ ਜੀ, ਐਵੇਂ ਗਲਤ ਹਾਂ ਨਾ ਜਿਹੜਾ ਇੱਕ ਤਾਂ ਬੰਦਾ